ਮੈਂ ਅੱਜ ਸੀਨੀਅਰ ਲੀਗ ਪ੍ਰਧਾਨ ਦਾ ਚਾਰਜ ਸੰਭਾਲਿਆ ਹੈ। ਮੈਂ ਆਪਣਾ ਜੋ ਵੀ ਸ਼ਹਿਰ ਵਾਸੀਆਂ ਦੀਆਂ ਮੰਗਾਂ ਨੇ ਉਸ 'ਤੇ ਖਰਾ ਉਤਰੂੰਗਾ ਅਤੇ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਊਂਗਾ। ਮੈਂ ਕੈਪਟਨ ਅਮਰਿੰਦਰ ਸਿੰਘ ਜੀ, ਮਨਪ੍ਰੀਤ ਬਾਦਲ ਜੀ, ਇਹਨਾਂ ਦਾ ਸਾਰਿਆਂ ਦਾ, ਨਾਲੇ ਜਾਖੜ ਸਾਹਿਬ, ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਇਸ ਅਹੁਦੇ 'ਤੇ ਕਾਬਜ਼ ਕੀਤਾ ਹੈ। ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਬੁਲਾਡਾ ਤੋਂ ਏਕਤਾ ਲਹਿਰ ਚੈਨਲ ਦੇ ਰਿਪੋਰਟਰ ਦਵਿੰਦਰ ਸਿੰਘ ਕੋਹਲੀ ਦੀ ਵਿਸ਼ੇਸ਼ ਰਿਪੋਰਟ।